ਅਸਲਾਮ ਅਲੈਕਮ ਦੋਸਤੋ, ਮੈਂ ਤੁਹਾਡਾ ਆਪਣਾ ਵੀਰ ਆਤਫ ਕਸ਼ਮੀਰੀ ਤਾਂ ਹੋਪ ਸਾਰੇ ਠੀਕ ਠਾਕ ਹੋ ਸੋ ਅੱਲਾ ਨੇ ਹਿਫਜ਼ੇ ਮੁਹੰ ਜੋ ਸੋ। ਅੱਜ ਮੌਜੂਦ ਹਾਂ ਜੀ ਅਸਾਂ ਰੜਾ ਬਾਜ਼ਾਰ, ਅਤੇ ਅੱਜ ਪੀ ਟੀ ਆਈ ਦੀ ਮੀਟਿੰਗ ਹੈ ਜੀ, ਅਤੇ ਮਵਾ ਮਹਿਰਾ ਅਤੇ ਜੁਲੇ ਹਾਂ ਮੀਟਿੰਗ ਪਰ, ਅਤੇ ਅਸੀਂ ਨਾਲੋਂ ਨਾਲ ਦੱਸਣੇ ਹਾਂ ਜੀ ਸ਼ੁਕਰ। ਅਤੇ ਜ਼ਫਰ ਅਨਵਰ ਸਾਹਿਬ ਜਿਹੜੇ ਪੀ ਟੀ ਆਈ ਨੇ ਕੈਂਡੀਡੇਟ ਹਨ, ਉਹ ਵੀ ਬਸ ਕੋਈ ਪੰਜਾਂ ਮਿੰਟਾਂ ਜੀ ਆਈ ਜਾ ਸਨ, ਤਾਂ ਜੁਲੇ ਹਾਂ ਉਹਨਾਂ ਕੋਈ ਸਲਾਮ ਦੁਆ ਕਰਨੇ ਆ, ਪਲੱਸ ਇਹ ਤੁਸੀਂ ਰੈਲੀ ਸ਼ੈਲੀ ਵੀ ਦੱਸਾਂ। ਤਾਲੀਆਂ ਮਾਰੋ ਜੀ। ਮਲਕ ਸ਼ਾਹ ਜਹਾਂਗੀਰ ਸਾਹਿਬ, ਮਲਕ ਗੁਲਾਮ ਰਬਾਨੀ ਸਾਹਿਬ, ਮਲਕ ਜ਼ੁਲਕਰ ਰਹਿਣ ਸਾਹਿਬ, ਮਲਕ ਬਿਲਾਲ ਹੁਸੈਨ ਸਾਹਿਬ, ਮਲਕ ਮੁਹੰਮਦ ਇਫਤਖਾਰ ਸਾਹਿਬ, ਮਲਕ ਜ਼ੈਨ ਰਬਾਨੀ ਸਾਹਿਬ, ਮਲਕ ਕਮਰ ਰਬਾਨੀ ਸਾਹਿਬ, ਸੂਫੀ ਖਾਦਮ ਹੁਸੈਨ ਸਾਹਿਬ, ਮਲਕ ਗੁਲਾਮ ਅਬਾਸ ਸਾਹਿਬ, ਮਲਕ ਜ਼ਹੀਰ ਹੁਸੈਨ, ਮਲਕ ਜ਼ਮੀਰ ਸਾਹਿਬ, ਮਲਕ ਅਤਲਸ ਸਾਹਿਬ, ਮਲਕ ਸ਼ਾਹਜ਼ੇਬ ਸਾਹਿਬ, ਮਲਕ ਫੈਸਲ ਅਬਾਸ ਸਾਹਿਬ, ਮਲਕ ਯਾਸਰ ਅਬਾਸ ਸਾਹਿਬ, ਮਲਕ ਵਾਸਫ ਅਬਾਸ, ਮਲਕ ਮੁਹੰਮਦ ਗਰੀਬ ਸਾਹਿਬ। ਮੈਂ ਜੀ ਕੀ ਕਹਾਂ ਭਾਈ, ਇਹ ਕੋਲੇ ਹੋਇਆ ਭਾਈ ਜਾਨੀ ਕੀ ਕਰੀਏ।
आप सबसे गुजारिश है कि नए शामिल होने वाले दोस्तों जो भाइयों बुजुर्गों को तालियों की गूंज में इस्तकबाल किया जाए और खुश आमदीद कहा जाए। बहुत खूबी बहुत शुक्रिया आपने जो पाकिस्तान तारीख की साफ पर हमारे काफिले का हिस्सा बने उनका मैं बिलखसूस शुक्रिया अदा करूंगा कि उन्होंने ये कहा कि हमने आपका टाइम बचाने के लिए यहाँ पे किया, वरना वो भी एक फंक्शन की डिमांड कर रहे थे, उनका भी मशकूर है। तमाम साथियों का, तमाम बुजुर्गों का जो इस पंडाल के अंदर तशरीफ फरमाए, उनसे ये रिक्वेस्ट करूंगा कि आज 25 जुलाई को खुद अपने साथ अपने घर वालों को बाहर निकालें, वोट कास्ट करें और इंशाल्लाह ताला 26 जुलाई को ये सूरज आजाद कश्मीर के अंदर पीटीआई की हुकूमत लेकर करूँगा। अल्लाह ताला आप सबको हामी नासिर हो। वस्सलाम।